ਜਾਣ ਕਾ ਜਾਣ ਦਾ ਜਾਂ ਫਿਰ ਆਪਣੀ ਘਰ ਵਾਪਸੀ ਦਾ ਜਿਹੜਾ ਮਸਲਾ ਹੈਗਾ ਉਹ ਵੀ ਲਗਾਤਾਰ ਜਿਹੜਾ ਹੈਗਾ ਗਰਮਾਉਂਦਾ ਜਾ ਰਿਹਾ ਹੈ, ਉਹ ਵੀ ਲਗਾਤਾਰ ਜਾ ਰਹੀ ਹੈ। ਪ੍ਰੇਮ ਮਿੱਤਲ ਕਾਂਗਰਸ ਵਿੱਚ ਸ਼ਾਮਿਲ ਹੋਏ ਨੇ ਅਤੇ ਪ੍ਰੇਮ ਮਿੱਤਲ ਨੇ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਦਾ ਸਵਾਗਤ ਕੀਤਾ, ਉਹਨੂੰ ਜਾ ਕੇ ਮਿਲੇ ਔਰ ਪ੍ਰੇਮ ਮਿੱਤਲ ਨੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਆਪਣੀ ਆਸਥਾ ਜਿਹੜੀ ਹੈਗੀ ਕਾਂਗਰਸ ਵਿੱਚ ਪ੍ਰਗਟਾਈ। ਰਵਨੀਤ ਸਿੰਘ ਬਿੱਟੂ ਵੀ ਇਸ ਮੌਕੇ ਸ਼ਾਮਿਲ ਮੌਜੂਦ ਰਹੇ, ਮੈਂਬਰ ਪਾਰਲੀਮੈਂਟ ਨੇ। ਭਰਤ ਭੂਸ਼ਣ ਆਸ਼ੂ ਨੂੰ ਵੀ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ। ਸੁਨੀਲ ਜਾਖੜ PPCC ਪ੍ਰਧਾਨ, ਉਹਨਾਂ ਨੇ ਇਹਨਾਂ ਸਾਰੇ ਲੋਕਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕੀਤਾ। ਮਿੱਤਲ ਸਾਹਿਬ ਦਾ ਵਾਪਸ ਕਾਂਗਰਸ 'ਚ ਸ਼ਾਮਿਲ ਹੋਣਾ ਮੈਂ ਸਮਝਦਾ ਪਾਰਟੀ ਵਾਸਤੇ ਬਹੁਤ ਹੀ ਸ਼ੁਭ ਦਿਹਾੜਾ ਹੈ। ਜਿੱਥੇ ਘਰ ਵਾਪਸੀ ਹੋਈ ਹੈ ਇਹਨਾਂ ਦੀ, ਉੱਥੇ ਮੈਂ ਸਮਝਦਾ ਵੀ ਜਿਹੜੇ ਬੇਸਿਕਲੀ ਜਿਨ੍ਹਾਂ ਦਾ DNA ਕਾਂਗਰਸੀ ਹੈ, ਇਸ ਕਿਸਮ ਦੀ ਵੱਡੀ ਸੋਚ ਜਿਹੜੀ ਹੈ ਕਾਂਗਰਸ ਦੀ, ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਹੈ, ਉਹ ਸੋਚ ਸਮੁੰਦਰ ਜੇ ਕਿਤੇ ਛੋਟੀ ਗੜਵੀ 'ਚ ਪੈ ਸਕਦਾ ਤਾਂ ਆਹ ਕਾਂਗਰਸ ਦੀ ਸੋਚ ਅਕਾਲੀਆਂ 'ਚ ਕਿਸੇ ਛੋਟੀ ਪਾਰਟੀ 'ਚ ਫਿੱਟ ਹੋ ਸਕਦੀ। ਇਸ ਕਰਕੇ ਇਹਨਾਂ ਦਾ ਕਾਂਗਰਸ ਪਾਰਟੀ ਦਾ ਸਮੁੰਦਰ ਦਾ ਸਮੁੰਦਰ 'ਚ ਹੀ ਸਮਾ ਸਕਦੇ ਹੈ ਕਿ ਵਾਪਸ ਜਿਹੜਾ ਘਰ ਵਾਪਸੀ ਹੋਈ ਹੈ ਮੈਂ ਸਮਝਾਂ।